ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ RSS ਮੁਖੀ ਮੋਹਨ ਭਾਗਵਤ ਦੇ ਵਿਵਾਦਿਤ ਬਿਆਨ ਦੇ ਖਿਲਾਫ ਅੱਜ RSS ਦੇ ਦਿੱਲੀ ਸਥਿਤ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤੀ। ਇਸ ਦੌਰਾਨ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਭਾਗਵਤ ਕੋਲੋਂ ਸਿੱਖਾਂ ਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਭਾਰਤੀ ਸੰਵਿਧਾਨ ਵਿੱਚ ਮਿਲੇ ਮੌਲਿਕ ਅਧਿਕਾਰਾਂ ਅਨੁਸਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਧਰਮ ਦੀ ਆਜ਼ਾਦੀ ਦਾ ਅਧਿਕਾਰ ਮਿਲਿਆ ਹੋਇਆ ਹੈ, ਪਰ ਭਾਗਵਤ ਵੱਲੋਂ ਘੱਟ ਗਿਣਤੀਆਂ ਨੂੰ ਮਿਲੇ ਇਸ ਅਧਿਕਾਰ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹ ਗੱਲ ਹੈਗੀ ਜੀ ਕਿ ਨਵੀਂ ਸਰਕਾਰ ਆਉਣ ਤੋਂ ਬਾਅਦ ਜਿਹੜੀ ਜਿਸ ਤਰ੍ਹਾਂ RSS ਦੇ ਚੀਫ ਮੋਹਨ ਭਗਵਤ ਜੀ ਨੇ ਇਹ ਗੱਲ ਕਹੀ ਕਿ ਸਿੱਖ ਹਿੰਦੂ ਸਿੱਖ ਬੋਧੀ ਔਰ ਜੈਨੀ ਇਹ ਤਿੰਨੇ ਹਿੰਦੂ ਕੌਮ ਦਾ ਅੰਗ ਹੈਗਾ ਮੁਸਲਿਮ ਹਿੰਦੂ ਨੂੰ ਅਸੀਂ ਉਹਦਾ ਪ੍ਰੋਟੈਸਟ ਕੀਤਾ ਉਹ ਪ੍ਰੋਟੈਸਟ ਅਸੀਂ ਬਿਆਨਾਂ ਰਾਹੀਂ ਕੀਤਾ ਚਿੱਠੀ ਲਿਖ ਕੇ ਕੀਤਾ ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਜਿੰਨੇ ਛੋਟੇ ਧਰਮ ਹੈਗੇ ਇਹ ਸਾਰੇ ਹਿੰਦੂ ਧਰਮ 'ਚ ਅਸੀਂ ਜਜ਼ਬ ਕਰ ਲਵਾਂਗੇ ਜਜ਼ਬ ਕਰਨ ਦੀ ਸਮਰੱਥਾ ਰੱਖਦੇ ਹਾਂ ਫਿਰ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਵੀ ਤੁਹਾਨੂੰ ਅਗਰ ਕੋਈ ਮੁਕਾਲਤਾ ਹੈ ਅਸੀਂ ਤੁਹਾਡੇ ਨਾਲ ਇਸ ਬਾਰੇ ਵਾਰਤਾਲਾਪ ਕਰਨ ਵਾਸਤੇ ਤਿਆਰ ਹਾਂ ਜਗ੍ਹਾ ਟਾਈਮ ਜੋ ਹੈ ਤੁਸੀਂ ਨਿਸ਼ਚਿਤ ਕਰੋ ਸਾਨੂੰ 5 ਬੰਦੇ ਕਹੋਗੇ 7 ਕਹੋਗੇ 2 ਕਹੋਗੇ ਅਸੀਂ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਗਲਤ ਫਹਿਮੀ ਅਸੀਂ ਉਸਨੂੰ ਦੂਰ ਕਰ ਦਿਆਂਗੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।